ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਲੈ ਕੇ ਚੱਲ ਰਹੇ ਵਿਰੋਧ ਤੋਂ ਬਾਅਦ ਪਿਛਲੇ 13 ਦਿਨਾਂ ਤੋਂ ਬੰਦ ਪਈ ਹੈ ਅਬੋਹਰ ਫਾਜ਼ਿਲਕਾ ਰੋਡ। ਡੀਸੀ ਫਾਜ਼ਿਲਕਾ ਨੇ ਕਿਹਾ ਖੁਲਵਾਉਣ ਦਾ ਕੀਤਾ ਜਾ ਰਿਹਾ ਪ੍ਰਯਾਸ। ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ਦੇ ਵਿੱਚ ਅਬੋਹਰ ਫਾਜ਼ਿਲਕਾ ਰੋਡ ਪਿਛਲੇ 13 ਦਿਨਾਂ ਤੋਂ ਬੰਦ ਪਈ ਹੈ, ਜਿਸ ਤੇ ਫਾਜ਼ਿਲਕਾ ਦੇ ਡੀਸੀ ਅਰਵਿੰਦਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸੜਕ ਨੂੰ ਖੁਲਵਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਉਹਨਾਂ ਦੇ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਦੇ ਨਾਲ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸੜਕ ਨੂੰ ਜਲਦੀ ਖੁਲਵਾ ਲਿਆ ਜਾਏਗਾ। ਉਹਨਾਂ ਨੂੰ ਲੋਕਾਂ ਨੂੰ ਆ ਰਹੀ ਸਮੱਸਿਆ ਬਾਰੇ ਕਿਹਾ ਕਿ ਰਾਤ ਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ, ਜਦਕਿ ਦਿਨ ਵੇਲੇ ਵੀ ਆ ਰਹੀ ਸਮੱਸਿਆ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਏਗਾ। ਇਸ ਦੇ ਸੰਬੰਧ 'ਚ ਅਸੀਂ ਇਹਨਾਂ ਨੂੰ ਰਿਕੁਐਸਟ ਕਈ ਵਾਰੀ ਕੀਤਾ, ਨਿੱਜੀ ਤੌਰ 'ਤੇ SSP ਸਾਹਿਬ ਵੀ, ਮੈਂ ਵੀ, ਬਾਕੀ ਜਿਹੜੇ ਆਫਿਸਰ ਸਬੰਧ ਡਿਊਟੀ 'ਤੇ ਨੇ ਉਹ ਵੀ, ਪੁਲਿਸ ਡਿਪਾਰਟਮੈਂਟ ਵੱਲੋਂ ਵੀ ਸਾਡੇ ਨਾਇਬ ਤਹਿਸੀਲਦਾਰ ਡਿਊਟੀ 'ਤੇ ਲਾਏ ਹੈਗੇ ਆ, ਉਹ ਵੀ ਇਹਨਾਂ ਨਾਲ ਸਾਰਿਆਂ ਨਾਲ ਤਾਲਮੇਲ 'ਚ ਹੈਗੇ ਨੇ। ਔਰ ਇਹਨਾਂ ਨੂੰ ਰਿਕੁਐਸਟ ਵੀ ਕਈ ਵਾਰੀ ਅਸੀਂ ਕੀਤੀ ਹੈ ਵੀ ਤੁਸੀਂ ਸੜਕ ਨਾ ਰੋਕੋ, ਹੈ ਨਾ। ਔਰ ਕਾਫੀ ਹੱਦ ਤੱਕ ਇਹਨਾਂ ਨੇ ਸਾਡੀ ਗੱਲ ਮੰਨ ਲਈ ਸੀਗੀ। ਰਾਤ ਦੇ ਸਮੇਂ ਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ, ਸ਼ਾਮ ਦੇ ਸਮੇਂ 'ਚ ਅਸੀਂ ਇਹਨਾਂ ਨੂੰ ਬੜਾ ਉਹ ਮਨਾਇਆ ਇਸ ਗੱਲ 'ਤੇ, ਕਿਉਂਕਿ ਰਾਤ ਨੂੰ ਕਈ ਵਾਰੀ ਧੁੰਦ ਹੁੰਦੀ ਹੈ ਜਾਂ ਅੰਧੇਰਾ ਹੁੰਦਾ ਹੈ ਜਾਂ ਕੋਈ ਹੋਰ ਜਾਨਵਰ ਕਈ ਵਾਰੀ ਆ ਜਾਏ, ਕੋਈ ਚੀਜ਼ ਅੱਗੋਂ ਨਾ ਨਜ਼ਰ ਆਵੇ, ਪਰਮਾਤਮਾ ਨਾ ਕਰੇ ਕਿਤੇ ਐਕਸੀਡੈਂਟ ਹੋ ਜਾਏ, ਕੋਈ ਬੱਚੇ ਬੈਠੇ ਹੋਣ ਸੜਕ 'ਤੇ ਜਾਂ ਕੋਈ ਆਦਮੀ ਬੈਠੇ ਹੋਣ, ਕੋਈ ਵੀ ਧਰਨੇ 'ਤੇ ਬੈਠੇ ਹੋਣ, ਅਤੇ ਉਹ ਕਿਤੇ ਬਾਈ ਚਾਂਸ ਕੋਈ ਗੱਡੀ MNA ਜਾਣੀ ਹੈ, ਕੋਈ ਨੁਕਸਾਨ ਕਰ ਜਾਏ ਕਿਸੇ ਦਾ। ਸੋ ਇਸ ਪੁਆਇੰਟ 'ਤੇ ਉਹ ਸਾਰਿਆਂ ਨੂੰ ਅਸੀਂ ਅਗਰੀ ਕਰਵਾਇਆ। ਔਰ ਰਾਤ ਦੇ ਸਮੇਂ 'ਚ ਸੜਕ 'ਤੇ ਆਵਾਜਾਈ ਉਹ ਰਹਿੰਦੀ ਹੈ, ਦਿਨ ਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਦਿਨ ਦੇ ਟਾਈਮ 'ਚ ਵੀ ਇਹ ਜਿਹੜਾ ਸੜਕ ਨਾ ਰੋਕਣ।